पर लोगों की पूरी सपोर्ट हैगी है, गड्डिया दे विच ये भी फैमिली एक खड़ी हुई है, इधर भी गड्डी खड़ी हुई है, इधर भी मोटरसाइकलों वाले जिहड़े नौजवान ने वो भी खड़े ने। इन्हां नाल भी गल करदे आ। की नाम है तुहाडा, कित्थों आए हो? मेरा नाम सुमीत है। कित्थों आए हो तुसीं? चंडीगढ़ तों आए। किधर नूं जाणा है तुसीं? असीं लालड़ू जाणा है। ਤੁਹਾਨੂੰ ਪਤਾ ਸੀ ਅੱਜ ਚੱਕਾ ਜਾਮ ਹੈ? ਹਾਂਜੀ ਹਾਂਜੀ ਪਤਾ ਸੀ। ਤੇ ਹੁਣ ਤੁਸੀਂ ਅੱਗੇ ਲੰਘੋਗੇ ਜਾਂ ਕਿਸਾਨਾਂ ਦੀ ਸਪੋਰਟ 'ਚ ਖੜੋਗੇ ਇੱਥੇ? ਵੈਸੇ ਤਾਂ ਇਹ ਪੂਰੀ ਸਪੋਰਟ ਹੈ ਸਾਡੀ ਇਸ ਪ੍ਰੋਟੈਸਟ ਨੂੰ ਵੀ, ਪਰ ਸਾਡਾ ਅੱਜ ਐਗਜ਼ਾਮ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਰਸਤੇ ਥਾਣੀ ਅਸੀਂ ਉੱਥੇ ਪਹੁੰਚ ਜਾਈਏ। ਕਾਹਦਾ ਪੇਪਰ ਹੈ ਤੁਹਾਡਾ? ਗੇਟ ਦਾ ਪੇਪਰ ਹੈ ਜੀ। ਕਿੰਨੇ ਵਜੇ ਹੈ ਪੇਪਰ? ਪੇਪਰ 3 ਵਜੇ ਜੀ। ਬਿਲਕੁਲ, ਸੋ ਤੁਹਾਡਾ ਇਹਨਾਂ ਦਾ ਜਾਣਾ ਬਹੁਤ ਜ਼ਰੂਰੀ ਹੈ, ਸੋ ਤੁਸੀਂ ਅੱਗੇ ਮੈਨੂੰ ਲੱਗਦਾ ਜਾ ਸਕਦੇ ਹੈਗੇ ਹੋ, ਕਿਸਾਨਾਂ ਦੇ ਨਾਲ ਗੱਲ ਕਰੋਗੇ ਤਾਂ ਉਹ ਤੁਹਾਨੂੰ ਜ਼ਰੂਰ ਲੰਘਾਉਣਗੇ। ਅਸੀਂ ਵੀ ਜ਼ਰੂਰ ਦੇਖਣਾ ਚਾਹਾਂਗੇ ਕਿ ਕੀ ਹਾਂਜੀ ਪ੍ਰੋਬਲਮ ਹੈ। ਇੱਕ ਅੰਬਾਲਾ ਮੌਤ ਹੋਈ ਵੀ ਹੈ, ਡੈਥ ਉਸ ਪਰ ਜਾਣਾ ਦਾਗ ਆਪਾਂ ਸਾਹਮਣੇ ਆਪਣੀ ਸਮੱਸਿਆ ਦੱਸੋ। ਸੋ ਅੱਛਾ, ਸੋ ਇਹ ਕਹਿ ਰਹੇ ਨੇ ਸਾਡੀ ਗੱਲ ਸੁਣ ਨਹੀਂ ਰਹੇ, ਸੋ ਅਸੀਂ ਜ਼ਰੂਰ ਜਾ ਕੇ ਦੇਖਦੇ ਹੈਗੇ ਆ ਕਿ ਕੀ ਸੱਚਮੁੱਚ ਕਿਸਾਨ ਨਹੀਂ ਲੰਘਣ ਦਿੱਤਾ ਜਾ ਰਿਹਾ, ਕਿਉਂਕਿ ਇਹ ਵੀ ਪੇਪਰ ਵਾਲੇ ਜਿਹੜੇ ਨੌਜਵਾਨ ਹੈਗੇ ਨੇ ਉਹ ਜਾ ਰਹੇ ਨੇ। ਹਾਂਜੀ ਬਾਪੂ ਜੀ, ਪੇਪਰ ਹੈ ਇਹਨਾਂ ਫੈਮਿਲੀ ਹੈ ਜਿਨ੍ਹਾਂ ਦੇ ਮੌਤ ਹੋਈ ਹੈ, ਬਿਲਕੁਲ ਇਹਨਾਂ ਨੂੰ ਵੀ ਲੰਘਾਇਆ ਗਿਆ। ਹਾਂਜੀ, ਲੰਘਾ ਦਿੱਤ ਤੁਹਾਨੂੰ ਲੰਘਾਉਣ ਦੀ ਆਗਿਆ ਦਿੱਤੀ ਗਈ ਹੈ ਕੀ? ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਕਿਸਾਨਾਂ ਦੀ ਸਪੋਰਟ ਕਰਦੇ? ਹਾਂਜੀ ਕਰਦੇ ਜੀ। ਸੋ ਇੱਧਰ ਇੱਕ ਫੈਮਿਲੀ ਦੀ ਮੌਤ ਹੋਈ ਸੀ ਤੇ ਇੱਕ ਨੌਜਵਾਨਾਂ ਦਾ ਪੇਪਰ ਸੀਗਾ, ਗੇਟ ਦਾ ਪੇਪਰ ਸੀਗਾ, ਉਹਨਾਂ ਨੇ ਕਿਹਾ ਕਿ ਅਸੀਂ ਜਾਣਾ ਚਾਹੁੰਦੇ ਹਾਂ ਤੇ ਇੱਥੇ ਕਿਸਾਨਾਂ ਨੇ ਉਹਨਾਂ ਨੂੰ ਬਾਕਾਇਦਾ ਲੰਘਾਇਆ ਹੈਗਾ।